ਦੂਰ ਤੱਕ ਪਹਾੜ ਹੀ ਪਹਾੜ, ਪਹਾੜਾਂ ਦੀ ਚੋਟੀ 'ਤੇ ਸੜਕ, ਔਰ ਇੱਥੇ ਪਈ ਹੋਈ ਬਰਫ਼, ਅਤੇ ਇੱਥੇ ਫੋਟੋ ਖਿਚਾਉਣ ਵਾਲਾ ਇਹ ਸਥਾਨ ਹੈ। ਇੱਥੇ ਦੇਖੋ ਟੇਬਲ 'ਤੇ ਚੇਅਰ ਦੀ ਜਗ੍ਹਾ 'ਤੇ ਇਹ ਬੈਠਣ ਵਾਲੇ ਸਟੂਲ ਬਣਾ ਤੇ ਹੈ ਪੱਥਰ ਦੇ, ਤਾਂ ਕਿ ਲੋਕ ਇੱਥੇ ਆ ਕੇ ਬੈਠ ਕੇ ਖਾ ਪੀ ਸਕਣ ਅਤੇ ਫੋਟੋਆਂ ਖਿਚਾ ਸਕਣ। ਜੀ ਪਿੱਛੇ ਵੀ ਦੇਖਿਆ ਹੋਇਆ ਹੈ, ਬਹੁਤ ਬਹੁਤ ਹੀ ਖੂਬਸੂਰਤ ਨਜ਼ਾਰਾ, ਔਰ ਥੱਲੇ ਪਹਾੜ ਦੀ ਖਾਈ ਹੈ ਪੂਰੀ ਜ਼ਬਰਦਸਤ। ਸਾਡੇ ਤੋਂ ਪਹਿਲਾਂ ਵੀ ਇੱਕ ਆ ਚੱਲਿਆ ਜੋੜਾ ਫੋਟੋ ਖਿੱਚਣ, ਅਤੇ ਪਹਾੜਾਂ ਦਾ ਵਿਚਾਲੇ ਦਾ ਸੁਮੇਲ ਜਿਹੜਾ ਹੈ, ਕਿਆ ਪਤਾ ਹੈ ਮਹਾਰਾਜ। ਉੱਧਰੋਂ ਚੱਲ ਰਿਹਾ ਝਰਨਾ ਗਿਆ ਹੌਲੀ ਹੌਲੀ ਥੱਲੇ, ਅਤੇ ਉਹ ਥੱਲੇ ਜਾ ਕੇ ਆਹ ਸੜਕਾਂ ਹੈ, ਇਹ ਉੱਥੋਂ ਅਸੀਂ ਚੱਲਦੇ ਹੋਏ ਇਹ ਪਹਾੜ ਦੀ ਚੋਟੀ 'ਤੇ ਘੁੰਮਦੇ ਇੱਦਾਂ ਕਰਕੇ ਉਹ ਪਹਾੜ ਦੀ ਟੀਸੀ 'ਤੇ ਆ ਗਏ। ਆਹ ਉੱਪਰ ਬੱਦਲ ਹੈ, ਅਤੇ ਇੱਥੇ ਦੇਖੋ ਤੁਸੀਂ ਕਿਆ ਹੀ ਮਾਹੌਲ, ਅਤੇ ਡੂੰਘੀ ਥਾਂ ਡਰ ਵੀ ਲੱਗ ਰਿਹਾ ਭਾਅ ਜੀ, ਕਿਹੋ ਜੋਗੇ ਜੋ ਮੈਂ ਕਹਿੰਦੀ ਜਾਵਾਂ, ਚਲੋ ਚੱਲੀਏ ਜਾਣ ਨੂੰ, ਨਾਲ ਮਾਨ ਸਾਹਿਬ ਨੂੰ ਖਿੱਚ ਕੇ ਲਿਆਉਂਦਾ ਫੋਟੋ ਵੀ ਖਿੱਚਦੀ।